Mr. Singh Productions presents. ਕੀ ਰੌਲਾ ਕੀ ਪਿਆ ਬਾਈ ਜੀ? ਪੁਲਸਾ ਲੈ ਗਿਆ ਜੋ ਮਾੜਾ ਜਿਹਾ, ਇਹ ਹੜਤਾਲ ਹੋਈ ਹੋਈ ਹੈ ਜੀ ਇੱਥੇ। ਕੀ ਰੌਲਾ ਕੀ ਪਿਆ ਜੀ? ਕਹਿੰਦੇ ਰੋਡ ਨਾ ਬੰਦ ਕਰੋ, ਛੁੱਟਰ ਬਦਮਾਸ਼ੀ ਕੀਤੀ ਇਹਨਾਂ ਨੇ, ਉਹਨਾਂ ਦੇ ਰਾੜਾ ਪਈਆਂ ਅੰਦਰ, ਇਹਨਾਂ ਨੂੰ ਸਾਰੇ ਟੋਲ ਦੇਈ ਜਾਂਦੇ ਆ, ਕੋਈ ਹਿਸਾਬ ਕਿਤਾਬ ਇਹਨਾਂ ਦਾ। ਇੱਥੇ ਬੜੇ ਆਰਾਮ ਨਾਲ ਅਸੀਂ ਜਾ ਰਹੇ ਸੀਗੇ, ਤੁਸੀਂ ਕਸ ਤੇ? ਮੈਂ, ਅਸੀਂ ਕਾਰ ਤੇ ਸੀ, ਮੈਂ ਆਪਦੀ ਬੇਟੀ ਨੂੰ ਹਰਿਦੁਆਰ ਲੈ ਕੇ ਅਸੀਂ ਗਾਂ ਟੂਰ ਤੇ ਜਾ ਰਹੇ ਸੀਗੇ, ਤੇ ਉਹ ਪੀਆਰਟੀ ਇਹਨਾਂ ਨੇ ਕੀ ਕੀਤਾ, ਪੀਆਰਟੀਸੀ ਦੇ ਡਰਾਈਵਰ ਨਾਲ ਇੱਕ ਬੜਾ ਹੀ ਉਹਨੇ ਟੋਲ ਵੀ ਦਿੱਤਾ ਕੰਡਕਟਰ ਤੇ ਡਰਾਈਵਰ ਨਾਲ, ਇਹਨਾਂ ਦੇ ਬੰਦਿਆਂ ਨੇ ਉਹਨਾਂ ਨੂੰ ਕੀ ਹੈ ਰੌਡਾਂ ਨਾਲ ਕੁੱਟਿਆ, ਜਿਹੜਾ ਕਿ ਬਿਲਕੁਲ ਇਲੀਗਲ ਹੈ, ਬਿਲਕੁਲ ਬਦਮਾਸ਼ੀ ਹੈ। ਇਹ ਉਸ ਹਿਸਾਬ ਦੀ ਜਿਵੇਂ ਸ਼ਰਾਬ ਦੇ ਠੇਕੇਦਾਰਾਂ ਨੂੰ ਇਹ ਉਸ ਹਿਸਾਬ ਦਾ ਇਹ ਸਿਸਟਮ ਡਿਵੈਲਪ ਕਰੀ ਬੈਠੇ। ਐਸਐਚਓ ਸਾਹਿਬ ਤੁਸੀਂ ਕੀ ਕਹੋਗੇ ਜੀ? ਐਸਐਚਓ ਸਾਹਿਬ ਇਹਦੇ ਮਾਮਲੇ 'ਚ ਕੀ ਹੈ ਜੀ, ਇਹ ਜੈਮ ਲੱਗਿਆ ਹੋਇਆ? ਮੈਂ ਬੜੀ ਆ ਮੌਕੇ ਤੇ, ਹਾਂਜੀ, ਤੇ ਮੈਂ ਇਹਦਾ ਪਤਾ ਕੀਤਾ, ਇਹਨਾਂ ਦਾ ਕੋਈ ਪਰਚੀ ਨੂੰ ਲੈ ਕੇ ਹੋਇਆ ਝਗੜਾ, ਉਹ ਅਸੀਂ ਬਿਆਨ ਲਾ ਕੇ ਡਬਲ ਪਰਚੀ ਸਾਡੇ ਕੋਲ ਆ ਜੀ, ਇਹਨਾਂ ਨੇ ਫੜ ਕੇ ਪਾੜੀ ਹੈ ਜੀ। ਕਹਿੰਦੇ ਤੁਸੀਂ ਪਾੜੀ ਹੈ ਜੀ? ਮੈਂ ਡਰਾਈਵਰ ਆ ਜੀ ਉਹਦੀ। ਅੱਛਾ, 1:00 ਕੱਲ 12 ਮਿੰਟ ਤੇ ਪਰਚੀ ਕਟਾਈ ਹੈ ਜੀ। ਉਹ ਕਹਿੰਦੇ ਅਸੀਂ ਪਰਚੀ ਡਬਲ ਨਹੀਂ, ਪਹਿਲਾਂ ਤਾਂ ਕਹਿੰਦੇ ਲਾਈਨ ਬੈਕ ਕਰਕੇ ਦੂਜੀ ਲਾਈਨ ਚਲਾਓ ਜੀ, ਅਸੀਂ ਉਹ ਵੀ ਮਨਜ਼ੂਰ ਕਰ ਲਿਆ, ਕਿ ਸਾਡਾ ਟਾਈਮ ਵੇਸਟ ਹੋ ਚੁੱਕਿਆ ਸੀ, ਟਾਈਮ ਲੰਘ ਚੁੱਕਿਆ। ਫਿਰ ਇਹ ਕਹਿੰਦੇ ਵੀ ਪਰਚੀ ਨਹੀਂ ਚਲਦੀ, ਦੁਬਾਰਾ ਕਟਾਓ, ਫੜ ਕੇ ਪਰਚੀ ਪਾੜੀ ਆ, ਚੈੱਕ ਕਰ ਸਕਦੇ ਹੋ। ਫਿਰ ਜੇ ਕਨੈਕਟਰ ਨੇ ਕਿਹਾ ਜੀ ਇਹਨੂੰ ਕਿਹੜਾ ਟੋਲ ਕਿਹੜਾ ਜੀ? ਹਾਂਜੀ, ਨਵਾਂ ਝਾੜ, ਕਾਲਾ ਝਾੜ, ਇਹ ਚੰਨੋ ਦੇ ਜੀ, ਬਦਮਾਸ਼ੀ ਇਹਨਾਂ ਦੀ ਟੋਲ ਵਾਲਿਆਂ ਦੀ ਹੈ। ਅਸੀਂ ਇੱਥੇ ਹੁਣੇ ਆ ਪਏ ਹਾਂ ਜੀ, ਆਹ ਦੇਖੋ ਬਾਕੀ ਲਕੋਲੇ ਇਹਨਾਂ ਨੇ ਜੀ, ਆ ਡੰਡੇ ਤੇ ਰਾੜ ਜਿਹੜੀਆਂ ਹੈਗੀਆਂ, ਇਹ ਦੇਖਣ ਨੂੰ ਮਿਲ ਰਿਹਾ ਜੀ ਸਰ। ਤੁਹਾਨੂੰ ਦਿਖਾਉਣੇ ਪੀ ਆਰ ਟੀ ਸੀ ਦੇ ਇੱਕ, ਇਹਦਾ ਪੀ ਆਰ ਟੀ ਸੀ ਵਾਲੇ ਸੀਗੇ ਜੀ, ਤਾਂ ਇਹਨਾਂ ਨੇ ਲਾਤਾ ਜਾਮ। ਜੇ ਕਿਤੇ ਆਮ ਜਨਤਾ ਹੁੰਦੀ ਤਾਂ ਮੈਨੂੰ ਨਹੀਂ ਲੱਗਦਾ ਸੀ ਇਹ ਜਾਮ ਲੱਗਣਾ ਸੀ। ਆਮ ਜਨਤਾ ਨਾਲ ਵੀ ਜਿਹੜੀ ਇਹ ਕੁੱਟਮਾਰ ਇਸੇ ਤਰ੍ਹਾਂ ਹੀ ਕਰਦੇ ਨੇ, ਇਹ ਬੜੀ ਬਦਤਮੀਜ਼ੀ ਨਾਲ ਪੇਸ਼ ਆਉਂਦੇ ਨੇ। ਜਿੰਨੇ ਟੋਲ ਵਾਲੇ ਨੇ ਆਪਣੇ ਆਪ ਨੂੰ ਕਹਿ ਦਿੰਦੇ ਕਿ ਅਸੀਂ ਬਹੁਤ ਹਾਂ, ਪਰ ਇਹ ਪੀ ਆਰ ਟੀ ਸੀ ਕਰਕੇ ਜਿਹੜਾ ਇਹਨਾਂ ਨੇ ਜਾਮ ਲਾ ਕੇ ਸਾਰਾ ਬੰਦ ਕਰਤਾ। ਸੋ ਤੁਸੀਂ ਦੇਖ ਸਕਦੇ ਹੋ ਇਸ ਵਕਤ ਸੰਗਰੂਰ ਤੋਂ ਪਟਿਆਲਾ ਹਾਈਵੇ ਜਿਹੜਾ ਜੀ ਇਹ ਬੰਦ ਹੈ, ਭਵਾਨੀਗੜ੍ਹ ਤੋਂ ਥੋੜ੍ਹਾ ਅੱਗੇ ਜਾ ਕੇ, ਅਤੇ ਡਿਵਰਸ਼ਨ ਜਿਹੜੀ ਆ ਤੁਸੀਂ ਲੈ ਸਕਦੇ ਹੋ। ਸਾਬੂ ਸਾਬੂ
ਹਾਂਜੀ ਆ ਦੇਖੋ ਜੀ ਮੇਰੀ ਪਰਚੀ ਆ ਐਡਵਾਂਸ ਗੱਡੀ ਆ ਗਈ। ਅੱਛਾ ਜੀ। ਇਹਨਾਂ ਨੇ ਮੈਨੂੰ ਦੁਬਾਰੋ ਪਰਚੀ ਕੱਟ ਕੇ ਦਿੱਤੀ। ਅੱਛਾ। ਰਾਕਾ ਮੇਰੇ ਕੋਲੇ 24 ਘੰਟੇ ਮੈਂ ਵਾਪਸ ਆ ਗਿਆ। ਮੈਨੂੰ ਕਹਿੰਦੇ ਜੀ ਵੈਲਡ ਹਾਫ ਡਾਊਨ ਹੀ ਹੈ, ਲੇਕਿਨ ਫਿਰ 24 ਘੰਟੇ ਕਿਉਂ ਪਾ ਰਹੇ ਨੇ, ਇਹਦਾ ਮਤਲਬ ਕੀ ਹੈ ਪਾਉਣ ਦਾ? ਜਦੋਂ ਅਪ ਡਾਊਨ ਪਾਓ ਨਾ ਫਿਰ ਮੇਰੀ ਦੁਬਾਰੋ ਪਰਚੀ ਕੱਟੀ ਆ ਦੇ, ਕੋਈ ਸਬੂਤ ਵੀ ਹੈ ਮੇਰੇ ਕੋਲੇ ਦੋਨੇ ਪਰਚੀਆਂ, ਟਾਈਮ ਤੋਂ ਟਾਈਮ ਆ ਰਿਹਾ ਵਾ, ਐਡਵਾਂਸ ਸਾਰੀ ਗੱਡੀ ਮੇਰੀ, ਫਿਰ ਵੀ ਧੱਕੇ ਨਾਲ ਪਰਚੀ ਕੱਟੀ। ਸਾਰਾ ਸਰ ਬਦਮਾਸ਼ੀ ਕਰ ਰਹੇ ਨੇ, ਮਤਲਬ ਗੱਡੀ ਐਡਵਾਂਸ ਆ ਰਹੀ ਤਾਂ ਗੱਡੀ ਨੂੰ ਕੱਢਣਾ ਚਾਹੀਦਾ ਨਾ, ਜਿੱਦਾਂ ਲੁਧਿਆਣੇ ਵਾਲੇ ਕੱਢ ਰਹੇ ਨੇ, ਚਾਹੇ ਤੁਸੀਂ 4 ਚੱਕਰ ਮਾਰੋ ਚਾਹੇ 10 ਮਾਰੋ, ਵੈਲਡ ਕੱਢ ਰਹੇ ਨੇ, ਟਾਈਮ ਤੋਂ ਟਾਈਮ ਕੱਢ ਰਹੇ ਨੇ। ਜ਼ਿਆਦਾ ਲੇਟ ਹੋਵੇ ਗੱਡੀ ਫਿਰ ਤਾਂ ਬੰਦਾ ਕਹੇ ਵੀ ਲੇਟ ਹੈ। ਐਡਵਾਂਸ ਪਰਚੀ ਆ ਦੇਖੋ, ਮਿਲਾ ਕੇ ਦੇਖੋ ਜੀ ਟਾਈਮ, ਐਡਵਾਂਸ ਪਰਚੀ ਕੱਟੀ ਜਾਂਦਾ ਮੇਰੀ। ਡਬਲ ਪਰਚੀ ਹੈ? ਡਬਲ ਪਰਚੀ ਆ ਜੀ ਅਪ ਡਾਊਨ ਦੀ, ਦੁਬਾਰਾ ਚ ਫਿਰ 24 ਘੰਟੇ ਦੁਬਾਰਾ ਫਿਰ ਕੱਟਤੀ, ਐਡਵਾਂਸ ਆ ਰਿਹਾ, ਟਾਈਮ ਦੇਖੋ, ਟਾਈਮ ਲਾ ਕੇ ਦੇਖੋ। ਲੇਕਿਨ ਕਹਿਣ ਦਾ ਮਤਲਬ ਕੋਈ ਕਹਿੰਦਾ ਨਹੀਂ ਆ ਲੱਗਣਾ, ਚਲੋ ਕੁੜੀ ਨਾਲ ਵੀਰੇ ਸ਼ਿਕਾਇਤ ਬੁੱਕ ਲਓ, ਮੈਂ ਪੱਤਰਕਾਰ ਹਾਂ, ਲੱਗ ਗਈ ਖਬਰ, ਲੱਗ ਗਈ ਠੀਕ ਹੈ, ਖਬਰ ਲੱਗ ਗਈ, ਤੁਸੀਂ ਸ਼ਿਕਾਇਤ ਬੁੱਕ ਲਓ, ਕਿਉਂਕਿ ਬੱਚੇ ਛੁੱਟੀਆਂ ਛੋਟੀਆਂ, ਨਹੀਂ ਤਾਂ ਮੈਂ ਤੁਹਾਡੇ ਨਾਲ ਖੜ ਜਾਂਦਾ, ਕਿਉਂਕਿ ਮੇਰੀ ਬੇਟੀ ਉਹ ਇਕੱਲੀ ਖੜੀ ਆ ਠੀਕ ਹੈ ਨਾ। ਸ਼ਿਕਾਇਤ ਬੁੱਕ ਤੇ ਦਰਜ ਕਰਕੇ ਜਾਓ, ਐਫ ਆਈ ਆਰ ਦਰਜ ਕਰਾਓ, ਸ਼ਿਕਾਇਤ ਬੁੱਕ ਪਲੱਸ ਪਾਓ ਵੀ ਆਹ ਕਹਾਣੀ ਹੋਈ ਆ, ਨਾਲ ਆਹ ਕਰਾਓ ਬੁੱਕ, ਤੇ ਤੁਹਾਨੂੰ ਓਨਾ ਚਿਰ ਨਹੀਂ ਦੇਣੀ, ਕੋਈ ਨਹੀਂ ਪਾੜ ਕੇ ਨਾਲ ਲੈਣੀ ਆਪਦੇ, ਬਸ ਠੀਕ ਹੈ।